ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਵੇਦ ਤੇ ਤੁਸੀਂ ਦੇਖਦੇ ਪਏ ਹੋ ਸਾਡਾ ਦੇਸ਼ ਪੰਜਾਬ ਟੀਵੀ। ਜਿੱਦਾਂ ਕਿ ਮੈਂ ਰੋਜ਼ ਵੀਰਾਂ ਲਈ ਕੋਸ਼ਿਸ਼ ਕਰਨਾ ਜਨਾਬ, ਖੂਬਸੂਰਤ ਤੇ ਅੱਛੇ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੁੰਦਾ ਹਰ ਰੋਜ਼ ਦੀ ਨਿਸਬਤ। ਅੱਜ ਮੁੜ ਮੈਂ ਵੀਡੀਓ ਲੈ ਕੇ ਹਾਜ਼ਰ ਹੋਇਆ ਵੀਰਾਂ ਲਈ। ਉਮੀਦ ਕਰਨਾ ਜ਼ਰੂਰ ਤੁਹਾਨੂੰ ਪਸੰਦ ਆਏਗੀ। ਜਨਾਬੇ ਲਈ ਆਸਟ੍ਰੇਲੀਅਨ ਕ੍ਰੋਸ ਗਾਏ ਅਤੇ ਜਨਾਬੇ ਲਈ ਪਹਿਲੇ ਸੂਏ ਵੈੜ ਹੈ ਅਤੇ ਮੇਰੇ ਕੈਮਰਾਮੈਨ ਸਾਹਿਬ ਤੁਹਾਨੂੰ ਤਸੱਲੀਆਂ ਕਰਾਉਣਗੇ, ਲਾ ਕੇ ਵਿਖਾਉਣਗੇ। ਅਗਰ ਤੁਹਾਨੂੰ ਪਸੰਦ ਆਉਂਦੀ ਹੈ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ। ਆਪਣੀ ਸੋਚ ਦਾ ਜ਼ਰੂਰ ਸਾਨੂੰ ਇਜ਼ਹਾਰ ਕੀਤਾ ਕਰੋ। ਅਸੀਂ ਚੱਲਣਾ ਦੇ ਵੀਰਾਂ ਦੀ ਜਨਾਬੇ ਲਈ ਸੋਚਣਾ, ਬਾਕੀ ਦੋਸਤੋਂ ਲੈਣੇ ਦੇ ਨੇ ਨਸੀਬ ਨੇ, ਮਜ਼ਦੂਰ ਆਦਮੀ ਨੇ ਜਨਾਬ, ਜੱਟ ਜ਼ਿਮੀਂਦਾਰ ਬੰਦੇ ਨੇ ਜਿਨ੍ਹਾਂ ਕੋਲ ਵੈੜ ਖੜ੍ਹੀ ਹੈ ਅਤੇ ਘਰ ਦੇ ਵਿੱਚ ਹੀ ਖੜ੍ਹੀ ਹੈ। ਅਤੇ ਬਾਕੀ ਮੇਰੇ ਕੈਮਰਾਮੈਨ ਸਾਹਿਬ ਤੁਹਾਨੂੰ ਤਸੱਲੀਆਂ ਕਰਾ ਰਹੇ ਨੇ, ਅਕਾਬ ਦੀਆਂ ਨਜ਼ਰਾਂ ਦਿਖਾ ਰਹੇ ਨੇ। ਥੱਬਿਆਂ ਦੇ ਚੱਡੇ ਜਨਾਬ, ਸੋਹਣਾ ਵਿਰਲ ਵੈੜ ਦਾ ਸਿੰਘ ਤੁਹਾਡੇ ਸਾਹਮਣੇ, ਛੋਟਾ ਛੋਟਾ ਅਤੇ ਪਹਿਲਣ ਵੈੜ ਹੈ ਡੱਬੇ ਰੰਗ 'ਚ ਸੰਭੀ, ਮਾਸ਼ਾਅੱਲਾ ਬੜੀ ਸੋਹਣੀ ਅਤੇ ਸੁਥਰੀ ਹੋਈ ਹੈ ਥਣ ਮੁੱਠ ਭਰ, ਬੜਾ ਸੋਹਣਾ ਵੈੜ ਨੂੰ ਲੱਗਿਆ ਹੈ। ਅਤੇ ਮੇਰੇ ਕੈਮਰਾਮੈਨ ਸਾਹਿਬ ਹੁਣ ਤੁਹਾਨੂੰ ਚੱਡੇ ਦੀ ਵੀ ਤਸੱਲੀ ਕਰਾਉਂਦੇ ਨੇ, ਵਿਰਲ ਵੀ ਜਨਾਬ ਥਣ ਦਾ ਬਹੁਤ ਸੋਹਣਾ ਅਤੇ ਜਨਾਬੇ ਲਈ ਹੈ ਮੇਰੇ ਵੀਰਾਂ ਦੇ ਸਾਹਮਣੇ ਹਰ ਚੀਜ਼, ਕੋਈ ਤੁਹਾਡੇ ਨਜ਼ਰ ਤੋਂ ਓਝਲ ਨਹੀਂ ਹੈ, ਹਰ ਚੀਜ਼ ਮੇਰੇ ਵੀਰਾਂ ਦੇ ਸਾਹਮਣੇ ਬੜੀ ਸੀਲ ਅਤੇ ਸਾਊ ਵੈੜ ਹੈ। ਬਾਕੀ ਦੋਸਤੋ ਲੈਣੇ ਦੇ ਨਸੀਬ ਹੁੰਦੇ ਨੇ, ਚੀਜ਼ ਚੰਗੀ ਦੂਰੋਂ ਦਿਸ ਜਾਂਦੀ ਹੈ। ਦੇਖਦੇ ਪਏ ਨੇ ਮੇਰੇ ਵੀਰ ਤਲਾ ਮਾਸ਼ਾਅੱਲਾ ਥੱਬਿਆਂ ਦੇ ਚੱਡੇ ਵੈੜ ਦੇ, ਬੜੀ ਸੋਹਣੀ ਅਤੇ ਸੁਥਰੀ ਵੈੜ ਹੈ ਅਤੇ ਮਗਰ ਇਹਦੇ ਵੱਛੀ ਹੈ ਜੀ, ਹਾਲੇ ਬੋਲੇ 'ਚ ਮਾਲਕ ਆਉਂਦੇ ਨੇ ਹਾਲੇ ਬੋਲੇ ਦੇ ਵਿੱਚ ਜੀ, ਅਤੇ ਗਾਂ ਨੇ ਹਾਲੇ ਹੋਰ ਵੱਢਣਾ। ਉਹ ਮੱਥਾ ਹਰ ਚੀਜ਼ ਮੇਰੇ ਕੈਮਰਾਮੈਨ ਸਾਹਿਬ ਤੁਹਾਨੂੰ ਤਸੱਲੀਆਂ ਕਰਾ ਰਹੇ ਨੇ ਜੀ, ਬਾਕੀ ਦੋਸਤੋਂ ਲੈਣੇ ਦੇ ਨਸੀਬ। ਸਾਡਾ ਕੰਮ ਹੈ ਸੱਜਣਾ ਦੋਸਤਾਂ ਅਤੇ ਵੀਰਾਂ ਨੂੰ ਵਿਖਾਉਣਾ ਚੀਜ਼, ਤੁਹਾਡਾ ਕੰਮ ਹੈ ਕਿ ਆਪਣੀਆਂ ਤਸੱਲੀਆਂ ਕਰਨਾ। ਭਾਈ ਜਾਨ ਥੋੜ੍ਹਾ ਅੱਗੋਂ ਆ ਕੇ ਥੋੜ੍ਹਾ ਜਿਹਾ ਵਹਿਣ ਨੂੰ ਨਾ ਛੱਡ ਕੇ ਤੋਰਿਆ ਜੀ, ਇਹ ਜਨਾਬ ਇਹਦੇ ਮਗਰ ਵੱਛੀ ਹੈ ਡੱਬੇ ਰੰਗ ਦੀ, ਇਸੇ ਤਰ੍ਹਾਂ ਦੀ ਵੱਛੀ ਹੈ, ਬੜੀ ਸੋਹਣੀ ਖੂਬਸੂਰਤ। ਪਹਿਲਾ ਸੂਆ ਵੈੜਦਾ ਵੱਛੀ ਵੀ ਮਾਸ਼ਾਅੱਲਾ ਬੜੀ ਸੰਭੀ ਸੋਹਣੀ ਅਤੇ ਸੁਥਰੀ, ਬਹੁਤ ਹੀ ਸਾਰ ਨਾਲ ਜਨਾਬ ਚੱਡਾ ਲਾਇਆ ਵੈੜ ਨੇ, ਬੰਦ ਪੈ ਜਾਣ ਉੱਥੇ ਇੱਕ ਥੋੜ੍ਹਾ ਟੋਰੀ ਟੋਰੀ ਤੋਰਿਆ ਜੀ, ਥੋੜ੍ਹਾ ਖੁੱਲ੍ਹਾ ਕਰਦੇ ਅਸੀਂ ਅਸੀਂ ਨੂੰ ਲਾਇਆ ਉਹਨਾਂ ਖੁੱਲ੍ਹੀ ਦਾ ਗੇੜਾ ਕੱਢ ਲਿਆ। ਨਾ ਦੋਸਤੋ ਕਿਸੇ ਫਾਰਮ 'ਚ ਖੜ੍ਹੀ ਹੈ ਅਤੇ ਨਾ ਕਿਸੇ ਤੋਂ ਦੇ ਵਿੱਚ ਖੜ੍ਹੀ ਹੈ, ਜੱਟ ਜ਼ਿਮੀਂਦਾਰ ਬੰਦੇ ਨੇ ਜਿਨ੍ਹਾਂ ਕੋਲ ਖੜ੍ਹੀ ਹੈ ਅਤੇ ਵਹਿੜ ਵਾਲੇ ਮੈਲਾ ਸੱਟੀ ਜਾਂਦੀ, ਇਨਸ਼ਾਅੱਲਾ ਤਾਲਾ ਦੁੱਧ ਵੀ ਖੜੇਗੀ। ਥੱਬਿਆਂ ਦੇ ਚੱਡੇ ਸੂਹ ਦੀ ਸਾਰ ਨਾਲ ਜਨਾਬ ਚੱਡਾ ਲਾਇਆ, ਦੇਖਦੇ ਪਏ ਪੱਟਾਂ 'ਚ ਬਾਹਰ ਜਨਾਬੇ ਲਈ ਦੋ ਦੋ ਚਾਰ ਚਾਰ ਉਂਗਲਾਂ ਬਾਹਰ ਚੱਡਾ ਜੀ, ਮੁੱਠ ਭਰ ਥਣ ਜਨਾਬੇ ਲਈ ਪਹਿਲੇ ਸੂਏ ਵਹਿੜ ਹੈ। ਬਾਕੀ ਤੁਸੀਂ ਆਪਣੀਆਂ ਤਸੱਲੀਆਂ ਕਰਨੀਆਂ ਨੇ, ਸਾਡਾ ਕੰਮ ਤੁਹਾਨੂੰ ਦਿਖਾਉਣਾ। ਮੈਂ ਹੁਣ ਮਾਲਕ ਨਾਲ ਗੱਲ ਕਰਾਂਗਾ, ਮੇਰੇ ਵੀਰਾਂ ਦੇ ਸਾਹਮਣੇ ਹੋ ਗਿਆ। ਅਸਲਾਮ ਵਾਲੇਕੁਮ ਭਾਈ ਜਾਨ। ਵਾਲੇਕੁਮ ਸਲਾਮ। ਕਹਿ ਰਹੇ ਬਈ, ਨਾਮ ਕੀ ਹੈ ਜੀ? ਸਾਜਦ ਭਾਈ। ਸਾਜਦ ਭਾਈ, ਜਿਹੜੀ ਗੱਲ ਕਰਨੀ ਆਪਾਂ ਸੱਚੀ ਕਰਨੀ ਤੇ ਝੂਠ ਮੇਰਾ ਵੀਰ ਨਹੀਂ ਬੋਲਣਾ, ਬਾਕੀ ਲੈਣ ਦੇਣ ਨਸੀਬ ਹੁੰਦੇ ਨੇ ਤੇ ਵਿਕਣਾ ਤੇਰਾ ਮੁਕੱਦਰ ਹੈ, ਜਾਂ ਜਿੰਨੇ ਦੀ ਤੇਰੀ ਸ਼ੈ ਉਹਦੇ ਮੁੱਲ ਦੇ ਮੁਤਾਬਕ ਵਿਕੇਗੀ ਤੇ ਜਨਾਬ ਉਹ ਮੁੱਲ ਕਰਨਾ, ਦੇਣ ਲੈਣ ਵਾਲਾ ਮੇਰਾ ਵੀਰ, ਇਹ ਮੁੱਲ ਨਹੀਂ ਕਰਨਾ ਬਹੁਤੇ ਮੁੱਲ ਮੰਗ ਲਈਏ ਤੇ ਵੀਰ ਸਾਨੂੰ ਆਖਣ ਕਿ ਯਾਰ ਤੁਸੀਂ ਕੀਤੀ ਕਿਹੜੀ, ਠੀਕ ਹੈ? ਉਹ ਗੱਲ ਨਹੀਂ ਕਰਨੀ, ਨਾ ਸਾਨੂੰ ਜਨਾਬ ਕਿਸੇ ਗੱਲ ਤੋਂ ਝੂਠਾ ਪਾਇਆ, ਜੇ ਹੋਣ ਕੋਈ ਐਬ ਹੈ ਤਾਂ ਸਾਨੂੰ ਦੱਸ ਦਿਓ ਤੇ ਜਿਹੜਾ ਵੀਰ ਨੇ ਜਿਹਨੇ ਲੈਣੀ ਉਹਨੂੰ ਪਤਾ ਲੱਗ ਜਾਏਗਾ ਇਹਦੇ 'ਚ ਇਹ ਐਬ ਹੈ, ਜੇ ਨਹੀਂ ਉਹ ਵੀ ਸਾਰੀ ਰੀਜਨਲ ਗੱਲ ਦੱਸ ਦਿਓ, ਠੀਕ ਹੈ? ਤੇ ਜਨਾਬ ਜਿੰਨੇ ਦਿਨਾਂ ਦੀ ਸੂਈ ਹੈ ਤੇ ਹਰ ਗੱਲ ਤੁਸੀਂ ਕਲੀਅਰ ਕਰਨੀ ਸਾਡੇ ਇਹਨੂੰ ਜੀ, 2 ਦਿਨ ਹੋ ਗਏ ਨਾ ਸੂਈ ਨੂੰ, ਬੋਲੇ ਵਿੱਚ ਹੈਗੀ ਹਾਲੇ। ਅੱਛਾ ਜੀ। ਤੇ ਜਿਹੜਾ 4-5 ਲੀਟਰ ਦੁੱਧ ਇਸ 'ਚ ਹੁੰਦੇ ਆ। ਅੱਛਾ ਜੀ, ਬੱਚੇ ਨੂੰ ਕਿੰਨਾ ਛੱਡਦਾ ਪਿਆ? 2 ਥਣ ਬੱਚੇ ਨੂੰ ਛੱਡ ਰਹੇ ਹਾਂ। 2 ਥਣਾਂ 'ਚ 5 ਲੀਟਰ ਕਰ? ਹਾਂਜੀ, 5 ਲੀਟਰ ਕਰ ਹਾਲੇ ਬੋਲੇ 'ਚ। ਬੋਲੇ 'ਚ ਹਾਲੇ ਹੈ ਜੀ। ਤੇ ਦੁੱਧ ਕਿੰਨਾ ਕੁ ਕਰੇਗੀ ਕੰਮ ਸੇ ਕੰਮ ਤੁਹਾਡੇ ਆਈਡੀਆ ਦੇ ਮੁਤਾਬਕ? ਦੁੱਧ ਮਾਸ਼ਾਅੱਲਾ ਬਥੇਰਾ ਕਰੇਗੀ, ਤਾਂ ਵੀ ਇਹ ਕਮ ਸੇ ਕਮ ਵੀ ਤੇ 30 ਕਿਲੋ ਦੁੱਧ ਕਰ ਜਾਏ। ਨਹੀਂ, ਇਸ ਟਾਈਮ ਤੇ ਨਹੀਂ, ਇਸ ਟਾਈਮ ਨਹੀਂ, ਮੈਂ ਤੇ ਹਾਲੇ ਕੁਝ ਪਾਇਆ ਹੀ ਨਹੀਂ ਮੈਂ ਯਾਰ, ਕੁਝ ਪਾਵਾਂ ਮੈਂ ਕਿ ਪਹਿਲੇ ਸੂਏ ਨਾਲ ਨਹੀਂ ਦੁੱਧ ਕਰਦੇ, ਦੂਜੇ ਸੂਏ ਦਾ ਕਰ ਹੀ ਜਾਏਗੀ ਨਾ, ਦੂਜੇ ਸੂਏ ਵੀ ਕਿਸਮਤ ਹੈ ਮੇਰੇ ਮੁਤਾਬਕ, ਜ਼ਿਹਨ ਦੇ ਮੁਤਾਬਕ ਨਾ ਹੋਣ, ਜੇ ਕੀਤਾ ਵੀ ਜ਼ਿਆਦਾ 16 ਜੀ, ਅਸੀਂ ਹਾਲੇ ਇਹਨੂੰ ਕੁਝ ਪਾਇਆ ਨਹੀਂ, 15-16 ਲੀਟਰ ਦੁੱਧ ਕਰੇਗੀ ਜੇ ਹੋਣ ਵੀ ਕਰੇ। ਹਾਂਜੀ ਹਾਂਜੀ, ਮੈਂ ਜੋ ਗੱਲ ਕਰਨਾ ਮੇਰੇ ਭਰਾ ਗੱਲ ਕੱਲ ਨੂੰ ਦੇਣੀ ਨਾ ਆਵੇ ਵੀਰ, ਇਹ ਨਾ ਆਖਣ ਤੁਸੀਂ 30 ਲੀਟਰ ਦੱਸਿਆ, 30 ਨਾ ਦੱਸ, ਜੋ ਮੇਰਾ ਜ਼ਿਹਨ ਹੈ, ਮੇਰਾ ਜ਼ਿਹਨ ਆਉਂਦਾ ਕਿ ਇਹ ਆਪਣੀ ਜਿਹੜੀ ਗਾਂ ਹੈ ਇਹ ਕਮ ਸੇ ਕਮ ਦੁੱਧ ਕਰੇਗੀ ਮੇਰੀ ਜਾਨ 15-16 ਲੀਟਰ ਪਹਿਲੇ ਸੂਏ, ਪਤਾ ਕੀ ਆ। ਤੇ ਬਾਕੀ ਇਹਦੀ ਮਾਂ ਇਹ ਘਰ ਦੀ ਜੰਮ ਪਾਲੇ ਬਾਹਰੋਂ ਲਈ, ਉਹ ਸਾਨੂੰ ਤਸੱਲੀਆਂ ਦਿਵਾਉਣੀ, ਇਹ ਘਰ ਦੀ ਆ
ਇਹਦੀ ਮਾਂ ਵੀ ਹੈਗੀ ਸਾਡੇ ਕੋਲ, ਉਹ ਕਿੰਨਾ ਦੁੱਧ ਦਿੰਦੀ ਸੀ? ਉਹ ਮਾਸ਼ਾਅੱਲਾ ਬਹੁਤ ਦੁੱਧ ਦਿੰਦੀ ਸੀ। ਕਿੰਨਾ ਦਿੰਦੀ ਸੀ? ਉਹ ਕੰਮ ਸੱਚ ਬੋਲਣਾ ਝੂਠ ਨਹੀਂ ਬੋਲਣਾ, ਸੱਚ ਬੋਲਾਂਗਾ 30 ਕਿਲੋ ਦੁੱਧ ਦਿੰਦੀ ਸੀ। ਨਾ ਯਾਰ 30 ਕਿਲੋ ਦੁੱਧ ਦੇਣ ਵਾਲੀਆਂ ਤਾਂ ਫਿਰ ਤਾਂ ਤੇਰੇ ਬਾਰੇ ਨਹੀਂ ਆ ਰਹੇ ਸਖਤ। ਨਹੀਂ ਯਾਰ ਕੋਈ ਜਲਦੀ ਕਰ, ਹਥੌਲਾ ਰੱਖ, ਥੋੜ੍ਹਾ ਜਿਹਾ ਹਥੌਲਾ ਰੱਖ ਯਾਰ, ਦੁਬਾਰਾ ਰੱਖੀ ਖਣਾ ਹਰ ਪਾਸੋਂ ਕਿਰੇ ਐਵੇਂ ਮੁੱਲ ਵਾਲਾ ਨਾ ਕਰਦੀ, ਹੱਥ ਪਾਰਾ ਕਰਦੇ ਮੁੱਲਾ ਭਾਰਾ ਨੇ ਤੂੰ ਆਖੇ 30 ਲੀਟਰ ਦੱਸਿਆ ਤਾਂ ਜਾ ਕੇ ਕੁਛ ਹੋਵੇ ਤਾਂ ਦਸਾਂ ਸੂਹਿਆਂ 'ਚ ਵੀ ਇੰਨਾ ਨਾ ਦੇ। ਜਾਨਵਰ ਨੂੰ ਪਾਉਣ ਦਾ ਕਿ ਜਾਨਵਰ ਸਾਂਭੇ ਤਾਂ ਜਾਂਦਾ, ਇਹ ਬੰਦੇ ਆਉਂਦੇ ਨੇ ਕਿ ਅਸੀਂ ਕੁਛ ਪਾਉਂਦੇ ਨੀ, ਪਾਉਣ ਤੋਂ ਬਗੈਰ ਤਾਂ ਕਦੇ ਵੀ ਜਾਨਵਰ ਨੀ ਜਨਾਬ ਵੱਧਦਾ ਫੁੱਲਦਾ ਹੁੰਦਾ, ਪਾਉਣ ਨਾਲ ਹੀ ਜਾਨਵਰ ਬਣਦਾ ਹੁੰਦਾ। ਅਗਰ ਇਹ ਨਾਲ ਕੁਛ ਪਾਉਂਦਾ ਹੁੰਦਾ ਤੇ ਇਹਦੇ ਤੇ ਇੰਨਾ ਖੂਨ ਹੋਣਾ ਸੀ, ਇੰਨਾ ਪਿੱਤ ਹੋਣਾ ਸੀ, ਤੂੰ ਆਪਣੀ ਕਸਰ ਕੋਈ ਨਹੀਂ ਛੱਡੀ ਪਾਵਣ ਵਾਲੀ। ਪਰ ਲੈ ਕਿ ਬੰਦਾ ਹਰ ਠੀਕ ਹੋ ਗਿਆ, ਹੁਣ ਤੂੰ ਇਹ ਦੱਸ ਕਿ ਇਹਦਾ ਲੈਣਾ ਕੀ ਹੈ? ਇਹਦਾ ਲੈਣਾ ਜੀ 2 ਲੱਖ 30 ਲੈਣਾ। ਓ ਯਾਰ ਫਿਰ ਇਹ ਗੱਲ, ਉਹ ਛੱਕੇ ਚੌਕੇ ਮਾਰ ਲਾਂਗੇ ਯਾਰ। ਛੱਕੇ ਚੌਕੇ ਨਹੀਂ ਯਾਰ, ਨਹੀਂ ਨਹੀਂ, ਇਹ ਰੇਟ ਤੇਰਾ ਗਲਤ। ਜਿਹੜਾ ਮਕਬੂਲ ਹੋਵੇ, ਗਲਤ ਰੇਟ ਅਸੀਂ ਵੀ ਨਹੀਂ ਕਰਾਉਣਾ ਚਾਹੁੰਦੇ, ਬਹਰਹਾਲ ਇਹ ਕਿ ਅਸੀਂ ਤੁਹਾਡੇ ਤੋਂ ਪਿਆਰ ਮੁਹੱਬਤ ਜ਼ਰੂਰ ਕਰਾਉਣਾ, ਮਗਰ ਇਹਦੇ ਵੱਛੀ ਹੈ ਨਾ ਜੀ? ਮਗਰ ਵੱਛੀ ਹੈ ਜੀ। ਇਹ ਜਨਾਬ ਤੁਸੀਂ ਹਰ ਚੀਜ਼ ਵੇਖ ਲਈ, ਮਾਲਕ ਨੇ ਮੁੱਲ 2 ਲੱਖ 30 ਕੀਤਾ। ਅਗਰ ਮੇਰੇ ਕਿਸੇ ਵੀਰ ਨੂੰ ਪਸੰਦ ਆਉਂਦੀ, ਮੇਰਾ ਵੀਰ ਕੋਈ ਵੀ ਲੈਣਾ ਚਾਹੁੰਦਾ, ਇਸ ਟਾਈਮ ਮਾਲਕ ਕਹਿੰਦਾ ਵੀ 2 ਥਣਾਂ 'ਚ 5 ਲੀਟਰ ਦੁੱਧ, ਹਾਂਜੀ ਹਾਂਜੀ, ਅਤੇ 2 ਦਿਨਾਂ ਦੀ ਸੂਈ ਹੋਈ ਹੈ ਜੀ, ਹਾਂਜੀ 2 ਦਿਨ, ਅਤੇ ਬੱਚੇ ਨੂੰ ਬੋਲੇ ਦੇ ਵਿੱਚ, ਅਤੇ ਬੱਚੇ ਨੂੰ 2 ਥਣ ਤੂੰ ਚੁੰਗਾਉਣਾ, ਅਗਲੇ ਚੁੰਗਾਉਣਾ ਕਿ ਪਿਛਲੇ ਚੁੰਗਾ? ਅਗਲਾ ਪਿਛਲਾ। ਅੱਛਾ, ਕੋਈ ਛੱਟਾ ਫੁਆਰਾ ਇਹਦੇ ਥਣਾਂ 'ਚ? ਛੱਟਾ ਫੁਆਰਾ ਕੁਛ ਨਹੀਂ ਸਾਹਿਬ, ਕੋਈ ਪਿੱਛਾ ਕੱਢਦੀ ਹੋਵੇ, ਕੋਈ ਇਹਦੇ 'ਚ ਐਬ ਹੋਵੇ? ਕੋਈ ਐਬ ਨਹੀਂ ਸਾਹਿਬ। 16 ਨੇ? 16 ਇਹਦੀ ਗਰੰਟੀ ਦੇਗਾ? ਗਰੰਟੀ? ਪੱਕੀ ਗੱਲ? ਪੱਕੀ ਗੱਲ। ਇਹ ਜਨਾਬ ਤੁਸੀਂ ਦੇਖ ਲਿਆ, ਮਾਲਕ ਨੇ ਆਖਿਆ ਕਿ ਚੁਆਈਆਂ ਕਰਕੇ ਗਰੰਟੀ ਦੇ ਕੇ ਮੈਂ ਦਿਆਂਗਾ ਜੀ। ਅਗਰ ਮੇਰੇ ਕਿਸੇ ਵੀਰ ਨੂੰ ਪਸੰਦ ਆਉਂਦੀ, ਕੋਈ ਮੇਰਾ ਵੀਰ ਇਹ ਲੈਣਾ ਚਾਹੁੰਦਾ ਤੇ ਸਾਡੇ ਨਾਲ ਰਾਬਤਾ ਕਰ ਸਕਦਾ। ਮੇਰਾ ਰਾਬਤਾ ਨੰਬਰ ਹੈ 0302-4029-6595 ਹੈ, ਮੇਰਾ ਵਟਸਐਪ ਨੰਬਰ ਹੈ। ਉਮੀਦ ਕਰਨਾ ਦੋਸਤੋ ਤੁਹਾਨੂੰ ਜ਼ਰੂਰ ਪਸੰਦ ਆਏਗੀ ਅਗਰ ਅੱਜ ਵਾਲੀ ਵੀਡੀਓ ਮੇਰੀ ਤੁਹਾਨੂੰ ਪਸੰਦ ਆਉਂਦੀ ਹੈ। ਅਤੇ ਜਨਾਬ ਯੂਟਿਊਬ 'ਤੇ ਜਾਓ, ਸਾਡਾ ਦੇਸ਼ ਪੰਜਾਬ ਲਿਖੋ, ਨਾਲ ਸਬਸਕ੍ਰਾਈਬ ਕਰੋ, ਨਾਲ ਬੈੱਲ ਆਈਕਾਨ ਦਾ ਬਟਨ ਜ਼ਰੂਰ ਦਬਾਇਆ ਕਰੋ ਕਿ ਆਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਬਾਸਾਨੀ ਤੁਹਾਡੇ ਤੱਕ ਪਹੁੰਚ ਸਕੇ। ਜ਼ਿੰਦਗੀ ਰਹੀ ਤਾਂ ਨਈ ਵੀਡੀਓ ਨਾਲ ਜ਼ਰੂਰ ਮਿਲਾਂਗੇ। ਆਦਮ ਮੇਜ਼ਬਾਨ ਮੁਹੰਮਦ ਜੁਵੇਰ ਨੂੰ ਦਿਓ ਇਜਾਜ਼ਤ। ਅੱਲਾ ਨਿਗੇਵਾਨ, ਪਾਕਿਸਤਾਨ ਜ਼ਿੰਦਾਬਾਦ।